ਤੇ ਡੀਜੀਪੀ ਟਵੀਟ ਕਰ ਰਿਹਾ ਕਿ ਕਰਤਾਰਪੁਰ ਸਾਹਿਬ ਜਾ ਕੇ ਅੱਤਵਾਦੀ ਬਣ ਕੇ ਆ ਜਾਂਦੇ ਨੇ। ਮੈਂ ਡੀਜੀਪੀ ਸਾਹਿਬ ਨਾਲ ਗੱਲ ਕਰ ਲਈ ਸੀ, ਹਾਲਾਂਕਿ ਉਹਨਾਂ ਨੇ ਮਾਫੀ ਮੰਗ ਲਈ। ਮੈਂ ਕਿਹਾ ਜੀ ਮੈਂ ਵੀ ਗਿਆ ਸੀ, ਪੂਰੀ ਕੈਬਨਿਟ ਗਈ ਸੀ, ਸਾਡੇ ਤੇ ਵੀ ਪਰਚਾ ਦਰਜ ਕਰੋ। ਅਸੀਂ 6 ਘੰਟਿਆਂ ਚ ਸਾਡੇ ਗੁਰੂ ਦੇ ਘਰੇ ਜਾ ਕੇ ਅੱਤਵਾਦੀ ਬਣ ਕੇ ਆ ਜਾਂਦੇ ਹਾਂ। ਜਿਹੜੀ 6 ਸਾਲ ਤੋਂ ਰਹਿੰਦੀ ਹੈ ਘਰੇ, ਜਿਹਦੇ ਪੈਰਾਂ ਚ ਬੈਠਾ ਹੁੰਦਾ ਡੀਜੀਪੀ, ਉਹਦੇ ਬਾਰੇ ਕੀ ਖਿਆਲ ਹੈ? ਅਰੂਸਾ